ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਗਤ ਜੈ ਸੰਵਿਧਾਨ ਦੋਸਤੋ ਮੈਂ ਡਾਕਟਰ ਜਤਿੰਦਰ ਸਿੰਘ ਮੱਟੂ ਮੈਂ ਗੱਲ ਕਰਨ ਲੱਗੇ ਆ ਸਾਡੇ ਟੈਂਕੀ ਤੇ ਚੜ੍ਹੇ ਨੌਜਵਾਨਾਂ ਦੀ ਟੀਟ ਪਾਸ ਡੈਟ ਪਾਸ ਬੇਰੁਜ਼ਗਾਰ ਨੌਜਵਾਨਾਂ ਦੀ ਗੁਰਦਾਸਪੁਰ ਤੋਂ ਸਾਡਾ ਸਾਥੀ ਸੁਰਿੰਦਰਪਾਲ ਜਿਹੜਾ ਲਗਾਤਾਰ ਪਹਿਲਾਂ ਵੀ ਸੰਘਰਸ਼ਾਂ 'ਚ ਰਿਹਾ ਔਰ ਹੁਣ ਵੀ ਉਹ ਜਿਹੜਾ ਟੈਂਕੀ ਦੇ ਉੱਤੇ ਭੁੱਖ ਹੜਤਾਲ ਔਰ ਮਰਨ ਵਰਤ ਤੇ ਬੈਠਿਆ ਸੋ ਬੇਨਤੀ ਕਰਨਾ ਚਾਹੁੰਦਾ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਸਾਡੇ ਸਿੱਖਿਆ ਮੰਤਰੀ ਪੰਜਾਬ ਨੂੰ ਕਿ 2364 ਦੀ ਭਰਤੀ ਜਿਹੜੀ ਉਹਨੂੰ ਬਹਾਲ ਕਰਨ ਦੇ ਲਈ ਆਪਣਾ ਜਿਹੜਾ ਯੋਗਦਾਨ ਪਾਇਆ ਜਾਵੇ ਕਿਉਂਕਿ ਸਿੱਖਿਆ ਵਿਭਾਗ ਦੇ ਜਿਹੜਾ ਭਰਤੀ ਬੋਰਡ ਹੈ ਤੁਹਾਡਾ ਉਹਨੇ ਪਹਿਲਾਂ 3704 ਦੀ ਕੀਤੀ ਮਾਸਟਰ ਕਿਡਰ ਦੀਆਂ ਭਰਤੀਆਂ ਕੀਤੀਆਂ 2352 ਕੀਤੀ 6635 ਕੀਤੀ 4161 ਕੀਤੀ ਹੋਰ ਬਹੁਤ ਸਾਰੀਆਂ ਭਰਤੀਆਂ ਉਸੇ ਭਰਤੀ ਬੋਰਡ ਨੇ ਕੀਤੀਆਂ ਨੇ ਤੇ ਫਿਰ ਕਿਤੇ ਨਾ ਕਿਤੇ ਜਾ ਕੇ ਜਿਹੜਾ 2364 ਜਿਹੜੀ ਈਟੀਟੀ ਪੋਸਟਾਂ ਦੀ ਭਰਤੀ ਹੈ ਉਹ ਕਿਸ ਤਰ੍ਹਾਂ ਚੈਲੰਜ ਹੋ ਸਕਦੀ ਹੈ ਉਹਦਾ ਬੋਰਡ ਕਿਦਾਂ ਚੈਲੰਜ ਹੋ ਸਕਦਾ ਸੋ ਮੈਂ ਆਪ ਜੀ ਨੂੰ ਸਰਕਾਰ ਨੂੰ ਔਰ ਸਿੱਖਿਆ ਮੰਤਰੀ ਪੰਜਾਬ ਨੂੰ ਡਾਕਟਰ ਬੇਦਕਰ ਕਰਮਚਾਰੀ ਮਹਾਸੰਗ ਪੰਜਾਬ ਵੱਲੋਂ ਅਪੀਲ ਕਰਦਾ ਕਿ ਸਾਡੇ ਬੇਰਜ਼ਗਾਰੀ ਦੇ ਝੰਬੇ ਹੋਏ ਨੌਜਵਾਨ ਗੁਰਪਤ ਦੇ ਮਾਰੇ ਹੋਏ ਨੌਜਵਾਨ ਪਹਿਲੇ ਹੀ ਪਿਛਲੀਆਂ ਸਰਕਾਰਾਂ ਦੇ ਸਮੇਂ ਬਹੁਤ ਮਯੂਸੀ ਚ ਰਹੇ ਨੇ بڑے ਧਰਨੇ ਪ੍ਰਦਰਸ਼ਨਾਂ ਚ ਰਹੇ ਨੇ ਬੜੀਆਂ ਸੱਟਾਂ ਫਿੱਟਾਂ ਖਾਧੀਆਂ ਨੇ ਉਹਨਾਂ ਨੇ ਸੋ ਤੁਸੀਂ ਕਾਈਂਡਲੀ ਇਹਨਾਂ ਦੀ ਬਾਹ ਫੜ ਲਓ ਤੁਸੀਂ ਕਰਨਾ ਕੀ ਹੈ ਇੱਕ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਚ ਜਿਹੜਾ ਰਿਵਿਊ ਪਟੀਸ਼ਨ ਪਾਈ ਗਈ ਹੈ ਡਿਪਾਰਟਮੈਂਟ ਵੱਲੋਂ ਜਾਂ ਆਈਟੀਟੀ ਜਿਹੜੇ ਹੈਗੇ ਨੇ ਪੀੜਿਤ ਜਿਹੜੇ ਅਧਿਆਪਕਾਂ ਵੱਲੋਂ ਇੱਕ ਹਲਫਨਾਮਾ ਦੇਣਾ ਤੁਸੀਂ ਕਿ ਆਹ ਬੋਰਡ ਜਿਹੜਾ ਹੈਗਾ ਇਹ ਪੈਨਲ ਹੈ ਬੋਰਡ ਦਾ ਜਾਂ ਇਸੇ ਬੋਰਡ ਨੇ ਬਾਕੀ ਭਰਤੀਆਂ ਕੀਤੀਆਂ ਨੇ ਤਾਂ ਇਸੇ ਬੋਰਡ ਰਾਹੀਂ ਹੀ 2364 ਦੀ ਜਿਹੜੀ ਹੈਗੀ ਆ ਭਰਤੀ ਕੀਤੀ ਗਈ ਹੈ ਜਾਂ ਕੀਤੀ ਜਾਣੀ ਹੈ ਜਾਂ ਮੁਕੰਮਲ ਕੀਤੀ ਜਾਣੀ ਹੈ ਸੋ ਮੇਰੀ ਦਰਖਾਸਤ ਹੈ ਪੰਜਾਬ ਸਰਕਾਰ ਨੂੰ ਕਿ ਸਾਡੇ ਨੌਜਵਾਨਾਂ ਨੂੰ ਟੈਂਕੀਆਂ ਤੋਂ ਲਾਹੋ ਸਾਡੇ ਨੌਜਵਾਨਾਂ ਨੇ ਪੜ੍ਹਾਈਆਂ ਜਿਹੜੀਆਂ ਟੈਂਕੀਆਂ ਤੇ ਚੜਨ ਲਈ ਨਹੀਂ ਕੀਤੀਆਂ ਸੀ ਇਨਾ ਪੜ ਕੇ ਇੰਨੇ ਕੰਪੀਟੀਸ਼ਨ ਇਗਜ਼ਾਮ ਦੇ ਕੇ ਉਹ ਟੈਂਕੀਆਂ ਤੇ ਚੜਨ ਲਈ ਮਜਬੂਰ ਨੇ ਕਾਈਂਡਲੀ ਬੇਨਤੀ ਹੈ ਤੁਹਾਨੂੰ ਅਪੀਲ ਹੈ ਪੰਜਾਬ ਦੇ ਅਨੁਸੂਚਿਤ ਜਾਤੀ ਲੋਕਾਂ ਵੱਲੋਂ ਸਾਡੀ ਫੈਡਰੇਸ਼ਨ ਵੱਲੋਂ ਬੇਰੁਜ਼ਗਾਰ ਸਾਥੀਆਂ ਵੱਲੋਂ ਕਿ ਤੁਸੀਂ ਜਿਹੜਾ ਹੈਗਾ 2364 ਅਧਿਆਪਕਾਂ ਦੀ ਭਰਤੀ 'ਚ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ 'ਚ ਜਿਹੜਾ ਹਲਫਨਾਮਾ ਦੇਣਾ ਘੱਟੋ ਘੱਟ ਤੁਸੀਂ ਆਪਣੇ ਵੱਲੋਂ ਉਹ ਤਾਂ ਜਿਹੜੀ ਹੈਗਾ ਉੱਥੇ ਦਾਇਰ ਕਰ ਦਿਓ ਤਰੀਕੇ ਨਾਲ ਪੋਜ਼ਿਟਿਵ ਵੇ ਨਾਲ ਕਿ ਇਨਾ ਬੱਚਿਆਂ ਦਾ ਕਿਉਂਕਿ ਬਹੁਤੇ ਜਿਹੜੇ ਨੌਜਵਾਨ ਸਾਥੀ ਨੇ ਉਹ ਉਮਰਾਂ ਲੰਘਾ ਚੁੱਕੇ ਨੇ ਸਰਕਾਰ ਜੀ ਉਹਨਾਂ ਦੀਆਂ ਓਵਰੇਜ ਹੋ ਚੁੱਕੀਆਂ ਨੇ ਉਮਰਾਂ ਇਸ ਤੋਂ ਬਾਅਦ ਉਹਨਾਂ ਨੂੰ ਰੋਜ਼ਗਾਰ ਦਾ ਕੋਈ ਸਾਧਨ ਨਹੀਂ ਉਹਨਾਂ ਦੇ ਪਿੱਛੇ ਜਾ ਕੇ ਦੇਖੋ ਪਰਿਵਾਰ ਉਹਨਾਂ ਤੇ ਹੀ ਡਿਪੈਂਡ ਨੇ ਕਿ ਕਦੋਂ ਸਾਡਾ ਪਿਓ ਨੌਕਰੀ ਲੱਗੂਗਾ ਬੱਚਿਆਂ ਵਾਲੇ ਨੇ ਉਹ ਕਿ ਕਦੋਂ ਸਾਡਾ ਭਰਾ ਨੌਕਰੀ ਲੱਗੂਗਾ ਬਜ਼ੁਰਗ ਕਹਿ ਰਹੇ ਨੇ ਕਦੋਂ ਸਾਡਾ ਪੁੱਤ ਭਰਤੀ ਹੋਊਗਾ ਸੋ ਇਹਨਾਂ ਜਿਹੜੀਆਂ 2364 ਪੋਸਟਾਂ ਦੇ ਵਿੱਚ ਤੁਸੀਂ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪੋਜ਼ਿਟਿਵ ਵੇ ਦੇ ਨਾਲ ਜਿਹੜਾ ਪੈਨਲ ਮਾਨਯੋਗ ਅਦਾਲਤ ਨੇ ਮੰਗਿਆ ਹੈਗਾ ਔਰ ਉਸ ਚੀਜ਼ ਨੂੰ ਪ੍ਰੂਫ ਕਰਕੇ ਬਾਕੀ ਭਰਤੀਆਂ ਜਦੋਂ ਇਸ ਬੋਰਡ ਨੇ ਭਰਤੀ ਬੋਰਡ ਨੇ ਕੀਤੀਆਂ ਨੇ ਤਾਂ 2364 ਵੀ ਜਿਹੜੀ ਹੈਗੀ ਆ ਇਸੇ ਬੋਰਡ ਵੱਲੋਂ ਕੀਤੀ ਜਾਣੀ ਬਣਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰਤ ਜੈ ਸੰਵਿਧਾਨ